ਜਿਹੜੇ ਨਸ਼ੇ ਦੇ ਆਦੀ ਨੇ ਜਾਂ ਨਸ਼ੇ ਦੇ ਲੱਤ ਲੱਗ ਚੁੱਕੀ ਹੈ ਜਿਨ੍ਹਾਂ ਨੂੰ ਉਹ ਹੀ ਸਨੈਚਿੰਗ ਦੀਆਂ ਜ਼ਿਆਦਾ ਵਾਰਦਾਤਾਂ ਕਰਦੇ ਆ। ਜਿਸ ਤਰ੍ਹਾਂ ਕਿ ਇਹ ਵਾਲਾ ਹਰਮੀਤ ਸਿੰਘ ਨੂਰ ਅਸੀਂ ਜਿਹੜਾ ਕਿ ਪਰਸੋਂ ਫੜਿਆ ਹੈ, ਇਹ ਵੀ ਆਪਣੇ ਵੈਲ ਅੱਛੀ ਫੈਮਿਲੀ ਤੋਂ ਬਿਲੋਂਗ ਕਰਦਾ ਔਰ ਇਹਨੂੰ 2015-16 'ਚ ਨਸ਼ੇ ਦੀ ਲੱਤ ਲੱਗ ਗਈ ਸੀ। ਉਸ ਤੋਂ ਬਾਅਦ ਇਹ ਅੱਗੇ ਪੜ੍ਹਾਈ ਵੀ ਨਹੀਂ ਕਰ ਸਕਿਆ। ਇਹਨਾਂ ਦੀਆਂ ਆਪਣੀਆਂ 2 ਦੁਕਾਨਾਂ ਨੇ ਸੈਕਟਰ 19 ਦੇ ਵਿੱਚ। ਨਸ਼ੇ ਦੀ ਪੂਰਤੀ ਵਾਸਤੇ ਜੀ ਇਹਨੇ ਸਨੈਚਿੰਗ ਦੀਆਂ ਵਾਰਦਾਤਾਂ ਕਰ, ਹਾਂ ਇਹਨੂੰ ਜੋ ਇਹਨੇ ਦੱਸਿਆ ਘਰ ਦੇ ਇਹਨੂੰ ਪੈਸੇ ਦਿੰਦੇ ਆ, ਪਰ ਉਹਨੇ ਪੈਸੇ ਨਾਲ ਇਹਦੀ ਨਸ਼ੇ ਦੀ ਪੂਰਤੀ ਨਹੀਂ ਹੁੰਦੀ। ਲੇਡੀਜ਼ ਨੂੰ ਹੀ ਇਹ ਆਪਣਾ ਟਾਰਗੇਟ ਕਰਦਾ ਕਿਉਂਕਿ ਰੋਂਗ ਸਾਈਡ ਤੋਂ ਜਾ ਕੇ ਈਜ਼ੀ ਟਾਰਗੇਟ ਹੈ। ਬਜ਼ੁਰਗ ਲੇਡੀਆਂ ਨੂੰ ਦੇਖਦਾ ਜਿਹੜੀ 50-60 ਸਾਲ ਦੀ ਲੇਡੀ ਹੈ ਔਰ ਉਸ ਤੋਂ ਇਹ ਪਰਸ ਸਨੈਚ ਕਰਕੇ, ਔਰ ਬੜਾ ਛਾਤਰ ਹੈ ਕਿ ਜੇ ਉਹ ਕਿਸੇ 'ਚ ਮੋਬਾਈਲ ਹੈ ਤਾਂ ਮੋਬਾਈਲ ਨੂੰ ਸੁੱਟ ਕੇ ਚਲਾ ਜਾਂਦਾ ਔਰ ਪੈਸੇ ਟਰੈਕ ਨਾ ਹੋਵੇ ਔਰ ਪੈਸੇ ਦੇ ਨਾਲ ਇਹ ਆਪਣਾ ਨਸ਼ੇ ਦੀ ਪੂਰਤੀ ਕਰਦਾ। ਉਸ ਟਾਈਮ ਇਹ ਸਨੈਚਿੰਗ ਕਰਦਾ, ਇਹ ਆਪਣਾ ਫੇਸ ਜਿਹੜਾ ਇਹ ਰੁਮਾਲ ਦੇ ਨਾਲ ਕਵਰ ਕਰਕੇ ਰੱਖਦਾ। ਹੁਣ ਵੀ ਇਹਨੇ ਲਾਸਟ ਜਦੋਂ ਇਹ ਮਟੌਰ ਥਾਣੇ 'ਚ ਫੜਿਆ ਗਿਆ ਸੀ ਅਤੇ ਹੁਣ ਜੇਲ੍ਹ ਤੋਂ ਇਹ ਜਿਵੇਂ ਜ਼ਮਾਨਤ 'ਤੇ ਆਇਆ ਹੈ ਅਤੇ ਕੁਛ ਦੇਰ ਇਹ ਮੁਕਤੀ ਆਪਣਾ ਨਸ਼ਾ ਮੁਕਤੀ ਕੇਂਦਰ ਇੱਥੇ ਬੱਦੀ ਦੇ ਵਿੱਚ ਰਿਹਾ ਹੈ ਔਰ ਇਹ 10 ਦਿਨ ਪਹਿਲਾਂ ਹੀ ਇਸਨੇ 7 ਤਰੀਕ ਨੂੰ ਸੈਕਟਰ 19 ਚੋਂ ਇੱਕ ਐਕਟਿਵਾ ਚੋਰੀ ਕੀਤਾ ਸੀ। ਸਤਿ ਸ਼੍ਰੀ ਅਕਾਲ, ਚੰਡੀਗੜ੍ਹ ਪੁਲਿਸ ਨੇ ਇੱਕ ਸ਼ਾਤੇ ਸਨੈਚਰ ਹੈ ਜਿਹੜਾ ਉਹ ਗ੍ਰਿਫਤਾਰ ਕਰਿਆ ਹੈਗਾ। ਤਸਵੀਰਾਂ ਤੁਹਾਨੂੰ ਦਿਖਾ ਦੇਣਾ ਨਾਲ, ਕਿਉਂਕਿ ਹੁਣ ਤੱਕ ਕਈ CCTV ਵੀਡੀਓ ਵੀ ਜਿਹੜੇ ਵਾਇਰਲ ਹੋਏ ਉਹਨਾਂ ਦੇ ਵਿੱਚ ਵੀ ਇਸ ਨੌਜਵਾਨ ਨੂੰ ਜਿਹੜਾ ਸਨੈਚ ਕਰਦੇ ਦੇਖਿਆ ਗਿਆ। ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿਹੜੇ ਚੋਰੀ ਦਾ ਵਹੀਕਲ, ਯਾਨੀ ਕਿ ਜਿਹੜਾ ਵਹੀਕਲ ਆ ਉਹ ਵੀ ਕਿਸੇ ਦਾ ਬਗਾਨਾ, ਅਤੇ ਉਦੋਂ ਬਾਅਦ ਦੇ ਵਿੱਚ ਜਦੋਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਜ਼ਿਆਦਾਤਰ ਉਹ 'ਚ ਮਹਿਲਾਵਾਂ ਸੀਗੀਆਂ। ਸਾਡੇ ਨਾਲ DSP ਚਰਨਜੀਤ ਸਿੰਘ ਵਿਰਕ ਨੇ। ਵਿਰਕ ਸਾਹਿਬ, ਦੇਖਿਆ ਜਾਵੇ ਪੁਲਿਸ ਵਾਸਤੇ ਤਾਂ ਕਾਫੀ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੇ ਵੀਡੀਓ ਸਾਹਮਣੇ ਆਉਂਦੇ ਨੇ ਅਤੇ ਜਿਹੜੇ ਲੋਕ ਸ਼ਿਕਾਰ ਬਣਦੇ ਨੇ। ਬਿਲਕੁਲ ਜੀ, ਜ਼ਿਆਦਾਤਰ ਜੋ ਸਾਡੇ ਹੁਣ ਤੱਕ ਦਾ ਤਜਰਬਾ ਦੱਸ ਰਿਹਾ ਕਿ ਇਹ ਜਿਹੜੇ ਨਸ਼ੇ ਦੇ ਆਦੀ ਨੇ ਜਾਂ ਨਸ਼ੇ ਦੇ ਲੱਤ ਲੱਗ ਚੁੱਕੀ ਹੈ ਜਿਨ੍ਹਾਂ ਨੂੰ ਉਹ ਹੀ ਸਨੈਚਿੰਗ ਦੀਆਂ ਜ਼ਿਆਦਾ ਵਾਰਦਾਤਾਂ ਕਰਦੇ ਆ। ਜਿਸ ਤਰ੍ਹਾਂ ਕਿ ਇਹ ਵਾਲਾ ਹਰਮੀਤ ਸਿੰਘ ਨੂਰ ਅਸੀਂ ਜਿਹੜਾ ਕਿ ਪਰਸੋਂ ਫੜਿਆ ਹੈ, ਇਹ ਵੀ ਆਪਣੇ ਵੈਲ ਅੱਛੀ ਫੈਮਿਲੀ ਤੋਂ ਬਿਲੋਂਗ ਕਰਦਾ ਔਰ ਇਹਨੂੰ 2015-16 'ਚ ਨਸ਼ੇ ਦੀ ਲੱਤ ਲੱਗ ਗਈ ਸੀ। ਉਸ ਤੋਂ ਬਾਅਦ ਇਹ ਅੱਗੇ ਪੜ੍ਹਾਈ ਵੀ ਨਹੀਂ ਕਰ ਸਕਿਆ ਔਰ ਇਹ ਵਧੀਆ ਪੌਸ਼ ਏਰੀਏ ਦੇ ਵਿੱਚ ਸੈਕਟਰ 36 'ਚ ਰਹਿੰਦਾ ਔਰ ਇਹਨਾਂ ਦੀਆਂ ਆਪਣੀਆਂ 2 ਦੁਕਾਨਾਂ ਨੇ ਸੈਕਟਰ 19 ਦੇ ਵਿੱਚ ਔਰ ਇਹਦੇ ਇਹ ਇੱਕ ਸਿਸਟਰ ਹੈ ਉਹ ਵੀ ਬਾਹਰ ਸੈਟਲ ਹੈ। ਪਰ ਨਸ਼ੇ ਦੀ ਪੂਰਤੀ ਵਾਸਤੇ ਜੀ ਇਹਨੇ ਸਨੈਚਿੰਗ ਦੀਆਂ ਵਾਰਦਾਤਾਂ ਕਰੀਆਂ, ਹਾਂ ਇਹਨੂੰ ਜੋ ਇਹਨੇ ਦੱਸਿਆ ਘਰ ਦੇ ਇਹਨੂੰ ਪੈਸੇ ਦਿੰਦੇ ਆ, ਪਰ ਉਹਨੇ ਪੈਸੇ ਨਾਲ ਇਹਦੀ ਨਸ਼ੇ ਦੀ ਪੂਰਤੀ ਨਹੀਂ ਹੁੰਦੀ। ਇਹਦੀ ਡੋਜ਼ ਜਿਵੇਂ ਵੱਧਦੀ ਜਾਂਦੀ ਹੈ ਤਾਂ ਫਿਰ ਆਪਣਾ ਸਨੈਚਿੰਗ ਦੇ ਵਿੱਚ ਆਪਣਾ ਪੈ ਜਾਂਦਾ ਔਰ ਲੇਡੀਜ਼ ਨੂੰ ਹੀ ਇਹ ਆਪਣਾ ਟਾਰਗੇਟ ਕਰਦਾ ਕਿਉਂਕਿ ਰੋਂਗ ਸਾਈਡ ਤੋਂ ਜਾ ਕੇ ਈਜ਼ੀ ਟਾਰਗੇਟ ਹੈ। ਬਜ਼ੁਰਗ ਲੇਡੀਆਂ ਨੂੰ ਦੇਖਦਾ ਜਿਹੜੀ 50-60 ਸਾਲ ਦੀ ਲੇਡੀ ਹੈ ਔਰ ਉਸ ਤੋਂ ਇਹ ਪਰਸ ਸਨੈਚ ਕਰਕੇ, ਔਰ ਬੜਾ ਛਾਤਰ ਹੈ ਕਿ ਜੇ ਉਹ ਕਿਸੇ 'ਚ ਮੋਬਾਈਲ ਹੈ ਤਾਂ ਮੋਬਾਈਲ ਨੂੰ ਸੁੱਟ ਕੇ ਚਲਾ ਜਾਂਦਾ ਔਰ ਪੈਸੇ ਟਰੈਕ ਨਾ ਹੋਵੇ, ਹਾਂ ਟਰੈਕ ਨਾ ਹੋਵੇ ਔਰ ਪੈਸੇ ਦੇ ਨਾਲ ਇਹ ਆਪਣਾ ਨਸ਼ੇ ਦੀ ਪੂਰਤੀ ਕਰਦਾ ਹੈ। ਜਿਸ ਤਰ੍ਹਾਂ ਦੇ ਨਾਲ ਤੁਸੀਂ ਫੜਿਆ, ਕਹਿੰਦੇ ਜਦੋਂ ਪਹਿਲਾਂ ਵੀ ਫੜਿਆ ਗਿਆ ਸੀਗਾ ਆਪਦਾ ਹੋੜੀਆ ਚੇਂਜ ਕਰ ਲੈਂਦਾ ਸੀ, ਪੁਲਿਸ ਨੂੰ ਤਾਂ ਉਦੋਂ ਹੀ ਪਤਾ ਲੱਗਿਆ ਵੀ ਆਖਿਰਕਾਰ ਇਹਦਾ ਹੋੜੀਆ ਸਹੀ ਨਹੀਂ ਹੈਗਾ, ਯਾਨੀ ਕਿ ਵਿਗਲ ਆਉਂਦਾ ਸੀ। ਹਾਂਜੀ, ਇਹ ਵੈਸੇ ਤਾਂ ਕਹਿ ਰਿਹਾ ਕਿ ਮੇਰਾ ਐਕਸੀਡੈਂਟ ਹੋਇਆ ਸੀ ਜਿਹਦੇ ਕਰਕੇ ਮੇਰੇ ਸਿਰ ਦੇ ਵਾਲ ਵੂਲ ਉੱਡ ਗਏ, ਇਸ ਕਰਕੇ ਇਹ ਵਿਗ ਲਗਾਉਂਦਾ ਆਪਣੇ ਸਿਰ ਦੇ ਉੱਪਰ ਔਰ ਜਿਸ ਟਾਈਮ ਇਹ ਸਨੈਚਿੰਗ ਕਰਦਾ ਹੈ ਅਤੇ ਆਪਣਾ ਫੇਸ ਜਿਹੜਾ ਇਹ ਰੁਮਾਲ ਦੇ ਨਾਲ ਕਵਰ ਕਰਕੇ ਰੱਖਦਾ। ਹੁਣ ਵੀ ਇਹਨੇ ਲਾਸਟ ਜਦੋਂ ਇਹ ਮਟੌਰ ਥਾਣੇ 'ਚ ਫੜਿਆ ਗਿਆ ਸੀ ਅਤੇ ਹੁਣ ਜੇਲ੍ਹ ਤੋਂ ਇਹ ਜਿਵੇਂ ਜ਼ਮਾਨਤ 'ਤੇ ਆਇਆ ਹੈ ਅਤੇ ਕੁਛ ਦੇਰ ਇਹ ਮੁਕਤੀ ਆਪਣਾ ਨਸ਼ਾ ਮੁਕਤੀ ਕੇਂਦਰ ਇੱਥੇ ਬੱਦੀ ਦੇ ਵਿੱਚ ਰਿਹਾ ਹੈ ਔਰ ਇਹ 10 ਦਿਨ ਪਹਿਲਾਂ ਹੀ ਇਸਨੇ 7 ਤਰੀਕ ਨੂੰ ਸੈਕਟਰ 19 ਚੋਂ ਇੱਕ ਐਕਟਿਵਾ ਚੋਰੀ ਕੀਤਾ ਸੀ ਔਰ ਜਦੋਂ ਇਹ ਸਨੈਚਿੰਗ ਕਰਦਾ ਸੀ ਉਹਦੀਆਂ ਨੰਬਰ ਪਲੇਟਾਂ ਇਹ ਮੋੜ ਕੇ ਰੱਖਦਾ ਸੀ, ਹਾਂ, ਔਰ ਆਪਣੇ ਘਰੇ ਨਹੀਂ ਲੈ ਕੇ ਜਾਂਦਾ ਸੀ, ਮਾਰਕੀਟ 'ਚ ਕਿਤੇ ਲਗਾ ਦਿੰਦਾ ਸੀ, ਫਿਰ ਜਦੋਂ ਇਹਨੂੰ ਤਲਬ ਲੱਗਦੀ ਸੀ ਤਾਂ ਫਿਰ ਕਰ ਦਿੰਦਾ ਸੀ। ਇਹ ਜੋ ਇਹਦੇ ਦੱਸਣ ਮੁਤਾਬਕ ਹੈ ਵੀ ਦਿਨ ਦੇ ਵਿੱਚ 1-1 ਜਾਂ 2 ਲੇਡੀ ਨੂੰ ਸ਼ਿਕਾਰ ਕਰਦਾ ਸੀ।
ਖੈਰ ਦੇਖਿਆ ਜਾਵੇ ਪੁਲਿਸ ਵਾਸਤੇ ਵੱਡੀ ਗੱਲ ਹੁੰਦੀ ਹੈ ਜਦੋਂ ਇਸ ਤਰ੍ਹਾਂ ਦਾ ਕੋਈ ਛਾਤਰ ਫੜਿਆ ਜਾਂਦਾ, ਕਿਉਂਕਿ ਜਿਵੇਂ ਦੇ ਨਾਲ ਦੱਸਿਆ ਕਿ ਮੋਬਾਈਲ ਸੁੱਟ ਦੇਣਾ ਟਰੈਕ ਨਾ ਹੋਵੇ, ਦੂਜੇ ਪਾਸੇ ਨੰਬਰ ਲੁਕਾਉਣ ਵਾਸਤੇ ਪਲੇਟਾਂ ਨੇ ਜਿਹੜੀਆਂ ਫੋਲਡ ਕਰ ਦੇਣੀਆਂ, ਆਪਣੇ ਆਪ ਦੇ ਵਿੱਚ ਹੁੰਦਾ ਕਿ ਆਮ ਤੌਰ ਤੇ ਲੋਕਾਂ ਦੇ ਵਿੱਚ ਜਦੋਂ ਸਨੈਚਿੰਗ ਦੀਆਂ ਵਾਰਦਾਤਾਂ ਵਧਦੀਆਂ ਨੇ ਤਾਂ ਜ਼ਾਹਿਰ ਜੀ ਗੱਲ ਹੈ ਇੱਕ ਗੁੱਸਾ ਵੀ ਹੁੰਦਾ ਤੇ ਨਾਲ ਨਾਲ ਇੱਕ ਡਰ ਦਾ ਮਾਹੌਲ ਵੀ ਹੁੰਦਾ। ਪਰ ਚੰਡੀਗੜ੍ਹ ਪੁਲਿਸ ਦੇ ਤਮਾਮ ਜੇ ਕਹੀਏ ਕਿ ਥਾਣਿਆਂ ਦੇ ਵਿੱਚ ਇਸ ਨੌਜਵਾਨ ਦੇ ਖਿਲਾਫ ਪਹਿਲਾਂ ਪਰਚੇ ਦਰਜ ਨੇ, ਸਿਰਫ ਇੱਕ ਨਸ਼ੇ ਦੀ ਪੂਰਤੀ ਕਰਕੇ ਕਹਿ ਸਕਦੇ ਹਾਂ, ਕਿਉਂਕਿ ਜਿਵੇਂ ਪਰਿਵਾਰ ਇਹਦਾ ਦੱਸਿਆ ਵੀ ਚੰਗਾ ਇੱਕ ਬੈਲਾਂ ਨੂੰ ਪਰਿਵਾਰ ਹੈ, ਪਰ ਉਹਦੇ ਬਾਵਜੂਦ ਕਿਉਂਕਿ ਪੈਸਾ ਪਰਿਵਾਰ ਜਦੋਂ ਕੋਈ ਨਸ਼ਾ ਕਰਨ ਲੱਗਦਾ ਤਾਂ ਹਰ ਇੱਕ ਨੌਜਵਾਨ ਨੂੰ ਦੇਣਾ ਬੰਦ ਕਰ ਦਿੰਦਾ, ਉਹਦੇ ਕਰਕੇ ਹੀ ਇਹਨੇ ਵੀ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰਿਆ। ਵੀਡੀਓ ਜਰਨਲਿਸਟ ਜਸਦੀਨ ਸਿੰਘ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ।